ਅੰਮ੍ਰਿਤਸਰ ਤੋਂ ਚੜਿਆ ਸੀ, ਆ ਦੇਖੋ ਕਰਾਲੀ ਦੀ ਟਿਕਟ ਕਟਾਈ ਹੈ, ਆ ਬੱਸ ਉਰੇ ਆ ਕੇ ਟਿਕਟ ਦਿਖਾ ਦਿਓ ਮਾੜੀ ਮਾੜੀ, ਆ ਟਿਕਟ ਦੇਖ ਲਓ ਜੀ, ਆ ਜਲੰਧਰ ਆ ਕੇ ਬੱਸ ਖੜੀ ਹੈ ਜੀ, ਡਰਾਈਵਰ ਕੰਡਕਟਰ ਕੋਈ ਨਹੀਂ ਹੈ ਜੀ, ਹੁਣ ਰਾਤ ਨੂੰ ਅਸੀਂ ਕਿੱਥੇ ਜਾਈਏ। ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਤੇ ਉਦੋਂ ਬਣ ਗਈ ਜਦੋਂ ਸ਼ਰਾਬ ਦੇ ਨਾਲ ਡੱਕਿਆ ਹੋਇਆ ਬੱਸ ਦਾ ਡਰਾਈਵਰ ਬੱਸ ਚਲਾਉਣ ਲੱਗ ਪਿਆ। ਬੱਸ ਤਾਂ ਉਸ ਤੋਂ ਨਹੀਂ ਚੱਲੀ, ਇੰਜਣ ਤੇ ਹੀ ਸੌਂ ਗਿਆ। ਫਿਰ ਇੱਕ ਸਵਾਰੀ ਨੇ ਹੀ ਬੱਸ ਦਾ ਗੇਅਰ ਪਾਇਆ ਤੇ ਬੱਸ ਨੂੰ ਅੱਗੇ ਤੱਕ ਲੈ ਆਇਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੰਜਾਬ ਰੋਡਵੇਜ਼ ਦਾ ਡਰਾਈਵਰ ਹੈ ਜੋ ਕਿ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ। ਅੰਮ੍ਰਿਤਸਰ ਤੋਂ ਚੰਡੀਗੜ੍ਹ ਬੱਸ ਰਵਾਨਾ ਹੋਈ। ਬੱਸ ਦੇ ਵਿੱਚ ਲਗਭਗ 50 ਸਵਾਰੀਆਂ ਸੀ ਔਰ ਸ਼ਰਾਬ ਦੇ ਨਸ਼ੇ ਦੇ ਵਿੱਚ ਡਰਾਈਵਰ ਬੱਸ ਨੂੰ ਚਲਾ ਰਿਹਾ ਸੀ। ਜਦੋਂ ਬੱਸ ਨਹੀਂ ਚੱਲੀ ਤਾਂ ਇੰਜਨ ਤੇ ਹੀ ਸੌਂ ਗਿਆ। ਤਾਂ ਆਖਿਰਕਾਰ ਇੱਕ ਸਵਾਰੀ ਨੇ ਹੀ ਬੱਸ ਦਾ ਗੇਅਰ ਪਾਇਆ ਅੱਗੇ ਤੱਕ ਲੈ ਕੇ ਆਇਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਸ ਮੌਕੇ ਕੰਡਕਟਰ ਦਾ ਵੀ ਥੋ ਪਤਾ ਨਹੀਂ ਲੱਗਿਆ। ਸਵਾਰੀਆਂ ਨੇ ਅੱਧ ਰਸਤੇ ਹੀ ਬੱਸ ਨੂੰ ਰੁਕਵਾ ਲਿਆ ਤਾਂ ਜੋ ਕੋਈ ਵੱਡੀ ਘਟਨਾ ਨਾ ਹੋ ਸਕੇ। ਡਰਾਈਵਰ ਬੇਸੁੱਧ ਹੋ ਕੇ ਇੰਜਣ ਤੇ ਹੀ ਸੌਂ ਗਿਆ। ਸਵਾਰੀਆਂ ਦੇ ਵੱਲੋਂ ਮੌਕੇ ਦੀ ਵੀਡੀਓ ਵੀ ਬਣਾਈ ਗਈ। ਸਵਾਰੀਆਂ ਦੇ ਵੱਲੋਂ ਡਰਾਈਵਰ ਨੂੰ ਟੋਕਣ ਅਤੇ ਡਰਾਈਵਰ ਨੂੰ ਬੁਰਾ ਭਲਾ ਕਿਹਾ ਗਿਆ, ਪਰ ਡਰਾਈਵਰ ਨਹੀਂ ਉੱਠਿਆ। ਤਾਂ ਇੱਕ ਸਵਾਰੀ ਨੇ ਹੀ ਬੱਸ ਚਲਾਈ ਤੇ ਅੱਗੇ ਤੱਕ ਲੈ ਆਇਆ ਔਰ ਬਾਕੀ ਦੀਆਂ ਸਵਾਰੀਆਂ ਨੇ ਬੱਸ ਰੁਕਵਾ ਦਿੱਤੀ। ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋਇਆ ਪੰਜਾਬ ਰੋਡਵੇਜ਼ ਦਾ ਇਹ ਡਰਾਈਵਰ, ਜਿਸ ਨੂੰ ਭੋਰਾ ਵੀ ਪਤਾ ਨਹੀਂ ਕਿ ਉਹ ਇਸ ਵੇਲੇ ਡਿਊਟੀ ਤੇ ਹੈ, ਔਰ ਉਸਨੇ ਕਈਆਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ ਔਰ ਇਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇੰਜਣ ਤੇ ਸੌਂ ਗਿਆ, ਇੱਕ ਸਵਾਰੀ ਦੇ ਵੱਲੋਂ ਹੀ ਬੱਸ ਨੂੰ ਚਲਾਇਆ ਗਿਆ। ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਇਹ ਬੱਸ ਰਵਾਨਾ ਹੋਈ ਸੀ ਤਾਂ ਇੱਕ ਸਵਾਰੀ ਦੇ ਵੱਲੋਂ ਆਪਣੀ ਟਿਕਟ ਆ ਜਿਹੜੀ ਉਹ ਦਿਖਾਈ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ। ਅੰਮ੍ਰਿਤਸਰ ਤੋਂ ਚੜਿਆ ਸੀ, ਆ ਦੇਖੋ ਕਰਾਲੀ ਦੀ ਟਿਕਟ ਕਟਾਈ ਹੈ, ਆ ਬੱਸ ਉਰੇ ਆ ਕੇ ਟਿਕਟ ਦਿਖਾ ਦਿਓ ਮਾੜੀ ਮਾੜੀ, ਆ ਟਿਕਟ ਦੇਖ ਲਓ ਜੀ, ਆ ਜਲੰਧਰ ਆ ਕੇ ਬੱਸ ਖੜੀ ਹੈ ਜੀ, ਡਰਾਈਵਰ ਕੰਡਕਟਰ ਕੋਈ ਨਹੀਂ ਹੈ ਜੀ, ਹੁਣ ਰਾਤ ਨੂੰ ਅਸੀਂ ਕਿੱਥੇ ਜਾਈਏ। ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਤੇ ਉਦੋਂ ਬਣ ਗਈ ਜਦੋਂ ਸ਼ਰਾਬ ਦੇ ਨਾਲ ਡੱਕਿਆ ਹੋਇਆ ਬੱਸ ਦਾ ਡਰਾਈਵਰ ਬੱਸ ਚਲਾਉਣ ਲੱਗ ਪਿਆ। ਬੱਸ ਤਾਂ ਉਸ ਤੋਂ ਨਹੀਂ ਚੱਲੀ, ਇੰਜਣ ਤੇ ਹੀ ਸੌਂ ਗਿਆ। ਫਿਰ ਇੱਕ ਸਵਾਰੀ ਨੇ ਹੀ ਬੱਸ ਦਾ ਗੇਅਰ ਪਾਇਆ ਤੇ ਬੱਸ ਨੂੰ ਅੱਗੇ ਤੱਕ ਲੈ ਆਇਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੰਜਾਬ ਰੋਡਵੇਜ਼ ਦਾ ਡਰਾਈਵਰ ਹੈ ਜੋ ਕਿ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ। ਅੰਮ੍ਰਿਤਸਰ ਤੋਂ ਚੰਡੀਗੜ੍ਹ ਬੱਸ ਰਵਾਨਾ ਹੋਈ। ਬੱਸ ਦੇ ਵਿੱਚ ਲਗਭਗ 50 ਸਵਾਰੀਆਂ ਸੀ ਔਰ ਸ਼ਰਾਬ ਦੇ ਨਸ਼ੇ ਦੇ ਵਿੱਚ ਡਰਾਈਵਰ ਬੱਸ ਨੂੰ ਚਲਾ ਰਿਹਾ ਸੀ। ਜਦੋਂ ਬੱਸ ਨਹੀਂ ਚੱਲੀ ਤਾਂ ਇੰਜਣ ਤੇ ਹੀ ਸੌਂ ਗਿਆ। ਤਾਂ ਆਖਿਰਕਾਰ ਇੱਕ ਸਵਾਰੀ ਨੇ ਹੀ ਬੱਸ ਦਾ ਗੇਅਰ ਪਾਇਆ ਅੱਗੇ ਤੱਕ ਲੈ ਕੇ ਆਇਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਸ ਮੌਕੇ ਕੰਡਕਟਰ ਦਾ ਵੀ ਥੋ ਪਤਾ ਨਹੀਂ ਲੱਗਿਆ। ਸਵਾਰੀਆਂ ਨੇ ਅੱਧ ਰਸਤੇ ਹੀ ਬੱਸ ਨੂੰ ਰੁਕਵਾ ਲਿਆ ਤਾਂ ਜੋ ਕੋਈ ਵੱਡੀ ਘਟਨਾ ਨਾ ਹੋ ਸਕੇ। ਡਰਾਈਵਰ ਬੇਸੁੱਧ ਹੋ ਕੇ ਇੰਜਣ ਤੇ ਹੀ ਸੌਂ ਗਿਆ। ਸਵਾਰੀਆਂ ਦੇ ਵੱਲੋਂ ਮੌਕੇ ਦੀ ਵੀਡੀਓ ਵੀ ਬਣਾਈ ਗਈ। ਸਵਾਰੀਆਂ ਦੇ ਵੱਲੋਂ ਡਰਾਈਵਰ ਨੂੰ ਟੋਕਣ ਅਤੇ ਡਰਾਈਵਰ ਨੂੰ ਬੁਰਾ ਭਲਾ ਕਿਹਾ ਗਿਆ, ਪਰ ਡਰਾਈਵਰ ਨਹੀਂ ਉੱਠਿਆ। ਤਾਂ ਇੱਕ ਸਵਾਰੀ ਨੇ ਹੀ ਬੱਸ ਚਲਾਈ ਤੇ ਅੱਗੇ ਤੱਕ ਲੈ ਆਇਆ ਔਰ ਬਾਕੀ ਦੀਆਂ ਸਵਾਰੀਆਂ ਨੇ ਬੱਸ ਰੁਕਵਾ ਦਿੱਤੀ। ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਹੋਇਆ ਪੰਜਾਬ ਰੋਡਵੇਜ਼ ਦਾ ਇਹ ਡਰਾਈਵਰ, ਜਿਸ ਨੂੰ ਭੋਰਾ ਵੀ ਪਤਾ ਨਹੀਂ ਕਿ ਉਹ ਇਸ ਵੇਲੇ ਡਿਊਟੀ ਤੇ ਹੈ, ਔਰ ਉਸਨੇ
ਕਈਆਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ ਔਰ ਇਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇੰਜਨ ਤੇ ਸੌਂ ਗਿਆ, ਇੱਕ ਸਵਾਰੀ ਦੇ ਵੱਲੋਂ ਹੀ ਬੱਸ ਨੂੰ ਚਲਾਇਆ ਗਿਆ। ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਇਹ ਬੱਸ ਰਵਾਨਾ ਹੋਈ ਸੀ ਤਾਂ ਇੱਕ ਸਵਾਰੀ ਦੇ ਵੱਲੋਂ ਆਪਣੀ ਟਿਕਟ ਜਿਹੜੀ ਉਹ ਦਿਖਾਈ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ।